ਸਿਵਲ ਲਾਈਨ ਦਾ ਮਾਮਲਾ ਹੈਗਾ, ਐਫ ਆਈ ਆਰ ਨੰਬਰ 19 ਹੈਗਾ 379B ਦੇ ਵਿੱਚ 34 IPC ਅਤੇ ਆਮ ਐਕਟ ਦੇ ਵਿੱਚ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ। ਅਤੇ ਜਿਹੜੀ ਸੀਗੀ ਇਹਨਾਂ ਕੋਲ 4 ਲੱਖ 4.5 ਲੱਖ ਰੁਪਏ ਦੀ ਰਖਾਈ ਸੀਗੀ, ਬਾਕੀ ਇੱਕ ਦੋ ਦੋਸ਼ੀ ਇਹਨਾਂ ਕੋਲ ਫੜਨ ਵਾਲੇ ਆ, ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਆ। ਜਿਹੜੀ ਵੰਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂ ਰਿਕਵਰ ਕ੍ਰਿਮੀਨਲ ਜਿਹੜੇ ਹੈਗੇ ਆ ਪੈਸੇ ਦੀ ਅਲਿਓਰਮੈਂਟ ਦੇ ਕਰਕੇ ਜਿਹੜੇ ਕ੍ਰਾਈਮ ਕਰਦੇ ਨੇ। ਜਿਹੜੀ ਹੁਣ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਸਿਵਲ ਲਾਈਨ ਦਾ ਮਾਮਲਾ ਹੈਗਾ, ਐਫ ਆਈ ਆਰ ਨੰਬਰ 19 ਹੈਗਾ 379B ਦੇ ਵਿੱਚ 34 IPC ਅਤੇ ਆਮ ਐਕਟ ਦੇ ਵਿੱਚ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ। ਇਹ ਘਟਨਾ ਜਿਹੜੀ ਹੈਗੀ ਹੈ 13/2 ਦੀ ਹੈਗੀ ਹੈ। ਇਹਦੇ ਵਿੱਚ ਸੁਰਿੰਦਰ ਕੁਮਾਰ ਬਬਲੂ ਨਾਂ ਦਾ ਇੱਕ ਮੁੰਡਾ ਸੀਗਾ ਜਿਹੜਾ ਆਪਣੇ ਨੋਰੇ ਸ਼ੋਪਿੰਗ ਕੰਪਲੈਕਸ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਸੀਗਾ ਉਹ ਲੈ ਕੇ ਬਟਾਲੇ ਜਾਂਦਾ ਸੀਗਾ ਅਤੇ ਬਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਵਾਪਸੀ 'ਤੇ ਉੱਥੇ ਕਲੈਕਸ਼ਨ ਕਰਕੇ ਆਉਂਦਾ ਸੀਗਾ। ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਮੇਨ ਜਿਹਦੇ ਵਿੱਚ ਰਾਹੁਲ ਮੁੰਡਾ ਫੜਿਆ ਹੈਗਾ ਅਤੇ ਉਸੇ ਹੀ ਦੁਕਾਨ 'ਤੇ ਕੰਮ ਕਰਦਾ ਸੀਗਾ, ਉਹ ਉਹਦੀ ਜਗ੍ਹਾ ਕੰਮ ਕਰਦਾ ਸੀਗਾ ਅਤੇ ਉਹਨੂੰ ਇਹ ਸਾਰਾ ਭੇਜ ਸੀਗਾ ਇਹ ਬੰਦਾ ਜਾਂਦਾ 9 ਵਜੇ ਜਿਹੜਾ ਹੈਗਾ ਇਹ ਪੈਸੇ ਲੈ ਕੇ ਵਾਪਸ ਆਉਂਦਾ। ਸੋ ਇਹਨੇ 10-15 ਦਿਨ ਤੋਂ ਇਹਨਾਂ ਦੀ ਰੈਕੀ ਕਰਵਾਉਣੀ ਸ਼ੁਰੂ ਕਰਤੀ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ, ਔਰ ਇਹਨਾਂ ਨੇ ਰੈਕੀ ਕੀਤੀ ਕਿ ਇਹਦੀ ਇੱਕ ਪਰਟੀਕੁਲਰ ਬੱਸ ਸੀਗੀ ਜਿਸ ਵਾਸਤੇ ਸ਼ਾਮ ਨੂੰ ਕਲੈਕਸ਼ਨ ਕਰਕੇ ਡੇਲੀ ਆਉਂਦਾ ਸੀਗਾ। ਔਰ ਇਹਨੂੰ ਇਹ ਵੀ ਚੀਜ਼ ਦਾ ਪਤਾ ਸੀਗਾ ਕਿ ਸ਼ਨੀ ਐਤਵਾਰ ਨੂੰ ਜਿਹੜਾ ਹੈਗਾ ਇਹ ਨਹੀਂ ਜ਼ਿਆਦਾ, ਇਸ ਕਰਕੇ ਮੰਡੇ ਨੂੰ ਇਹਨਾਂ ਦੀ ਇਹਦੇ ਕੋਲ ਕਲੈਕਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਸੋ ਮੰਡੇ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ ਉਹਨੂੰ ਜਦੋਂ ਆ ਰਿਹਾ ਸੀਗਾ ਤਾਂ ਇਹਨਾਂ ਦਾ ਬੈਕ ਹੋ ਕੇ ਜਿਹੜੇ ਹੈਗੇ 3 ਜਣੇ ਜਿਹੜੇ ਸੀਗੇ ਮੋਟਰਸਾਈਕਲ 'ਤੇ ਲੈ ਕੇ ਭੱਜ ਗਏ ਸੀਗੇ, ਜਿਨ੍ਹਾਂ ਵਿੱਚੋਂ ਅਸੀਂ 2 ਬੰਦੇ ਜਿਹੜੇ ਹੈਗੇ ਨੇ, ਇੱਕ ਸੰਨੀ ਜਿਹੜਾ ਹੈਗਾ ਮਹਿਰਾ ਜਿਹੜਾ ਅਤੇ ਦੂਸਰਾ ਜਿਹੜਾ ਹੈਗਾ ਆਪਣਾ ਰਾਹੁਲ ਜਿਹੜਾ ਹੈਗਾ, ਦੋਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ। ਔਰ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਬਰਾਮਦ ਅਸੀਂ 1,28,000 ਰੁਪਇਆ ਔਰ 1,35,000 ਰੁਪਇਆ ਜਿਹੜਾ ਹੈਗਾ ਰਿਕਵਰੀ ਕਰ ਲਿਆ। ਟੋਟਲ ਲੁੱਟ ਜਿਹੜੀ ਲੁੱਟ ਜਿਹੜੀ ਸੀਗੀ ਇਹਨਾਂ ਕੋਲ 4 ਲੱਖ 4.5 ਲੱਖ ਰੁਪਏ ਦੀ ਰਖਾਈ ਸੀਗੀ, ਬਾਕੀ ਇੱਕ ਦੋ ਦੋਸ਼ੀ ਇਹਨਾਂ ਕੋਲ ਫੜਨ ਵਾਲੇ ਆ, ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਆ। ਜਿਹੜੀ ਵੰਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂ ਕੇ ਰਿਕਵਰ। ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 4 ਬੰਦੇ ਹੋਰ ਸ਼ਾਮਿਲ ਹੈਗੇ ਨੇ, 2 ਉਹਨਾਂ ਦੇ ਰੈਲੇਟਿਵ ਹੀ ਹੈਗੇ ਨੇ ਜਿਹੜੇ ਉੱਥੇ ਬੈਠੇ ਸੀਗੇ ਜਿਹਨਾਂ ਨੂੰ ਪਤਾ ਸੀ ਸਾਜਿਸ਼ ਕਰਤਾ ਦੇ ਜਿਹੜੇ ਹੈਗੇ, ਇੱਕ ਸਾਲਾ ਹੈਗਾ ਅਤੇ ਇੱਕ ਹੋਰ ਹੈਗਾ ਆ ਰੈਲੇਟਿਵ ਹੀ ਹੈਗੇ ਨੇ, ਔਰ ਉਹਨਾਂ ਨੂੰ ਜਿਹੜਾ ਪਤਾ ਸੀਗਾ ਕਿ ਇਹ ਕਹਾਣੀ ਇੱਦਾਂ ਹੈਗੀ ਆ, ਸੋ ਉਹਨਾਂ ਨੇ ਵੀ ਜਿਹੜੇ ਇਹਨਾਂ ਦੇ ਵਿੱਚੋਂ ਉਹ ਰਾਹੁਲ ਸਾਜਿਸ਼ ਕਰਦਾ ਮਾਸਟਰ ਮਾਈਂਡ ਜਿਹੜਾ ਮੇਨ ਰਾਹੁਲ ਉਹ ਫੜਿਆ ਗਿਆ। ਉਸੇ ਦੁਕਾਨ ਤੇ ਪਹਿਲਾਂ ਨੌਕਰੀ ਕਰਦਾ ਹੋਇਆ ਹੁਣ ਫਿਰ ਉਸੇ ਨੇ ਸਾਜਿਸ਼ ਕਰਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ 9 ਵਜੇ ਇਹ ਸਮਾਨ ਲੈ ਕੇ ਜਾਂਦੇ 9 ਵਜੇ ਲੈ ਕੇ ਆਉਂਦੇ, ਫਿਰ 10 ਦਿਨ ਪਹਿਲਾਂ ਉਹਨੇ ਜਿਹੜੀ ਸੀਗੀ ਇਹ ਸਾਜਿਸ਼ ਰਚੀ ਸਾਰੀ ਅਤੇ ਫਿਰ ਉਹਨਾਂ ਨੂੰ ਇੱਕ ਦਿਨ ਇਹਨਾਂ ਨੇ ਹਾਂ ਜੋਬ ਛੱਡੀ ਸੀ, ਉਹ ਤੋਂ ਪਹਿਲਾਂ ਕੰਮ ਕਰਦਾ ਸੀ ਨਾ, ਥੋੜੇ ਚਿਰ ਪਹਿਲਾਂ ਹੀ ਛੱਡੀ ਹੈ। ਦੇਖੋ ਕਾਰਨ ਇਹਨਾਂ ਜੋ ਇਹੀ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਅਤੇ ਉਹਦੇ ਕਰਕੇ ਜਿਹੜੀ ਇਹਨਾਂ ਨੇ ਸਾਜਿਸ਼ ਰਚੀ ਵੀ ਉਹਨਾਂ ਕੋਲ ਪੈਸਾ ਜਿਹੜਾ ਹੈਗਾ ਕੁਲੈਕਸ਼ਨ ਕਰਕੇ ਆਉਂਦੇ ਨੇ ਅਤੇ ਕਾਫੀ ਹੈ ਸੀਗਾ ਤਾਂ ਇਸ ਕਰਕੇ ਦੇਖੋ ਹਮੇਸ਼ਾ ਹੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਨਸਾਨ ਦੀ ਪ੍ਰਕਿਰਤੀ ਹੈਗੀ ਹੈ ਕਿ ਜਿਹੜੇ ਚੀਜ਼ ਉਹਨੂੰ ਸੌਖੀ ਲੱਗਦੀ ਹੈ ਉਹਨੂੰ ਕਰਦਾ ਹੈ, ਸੋ ਸਾਰਿਆਂ ਹੀ ਇੱਕ ਹਰ ਚੀਜ਼ ਈਜ਼ੀ ਮਨੀ, ਹਰ ਬੰਦਾ ਈਜ਼ੀ ਮਨੀ ਚਾਹੁੰਦਾ ਹੈ ਕੰਮ ਕਰਨਾ ਨਹੀਂ,
ਜਿਹੜਾ ਵੀ ਉਹਨੂੰ ਸੌਖਾ ਲੱਗਦਾ ਆ ਫਿਰ ਉਹ ਉਸ ਧੰਦੇ ਨੂੰ ਅਪਣਾ ਲੈਂਦਾ। ਸੋ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਕਈ ਵਾਰੀ ਜਿਹੜੇ ਹੈਗੇ ਆ ਇਹ ਕ੍ਰਿਮੀਨਲ ਜਿਹੜੇ ਹੈਗੇ ਆ ਪੈਸੇ ਦੀ ਅਲਿਓਰਮੈਂਟ ਦੇ ਕਰਕੇ ਜਿਹੜੇ ਕ੍ਰਾਈਮ ਕਰਦੇ ਨੇ, ਫਿਰ ਇਹ ਇਲਜ਼ਾਮ ਜਿਹੜਾ ਇਹਨਾਂ ਦਾ ਮਾੜਾ। ਇਹਨਾਂ ਦੀ ਏਜ 20 ਤੋਂ 22 ਸਾਲ ਦੀ ਹੈਗੀ ਜੀ, 22 ਦੀ। ਜਿਹੜਾ ਰਾਹੁਲ ਦੇ ਉੱਤੇ ਪਹਿਲਾਂ 2 ਪਰਚੇ ਮੁਕੱਦਮੇ ਦਰਜ ਹੈਗੇ ਨੇ, ਇੱਕ ਸਿਵਲ ਲਾਈਨ ਦੇ ਵਿੱਚ ਹੀ 379B ਦਾ ਦਰਜ ਹੈਗਾ, ਔਰ ਇੱਕ ਬੀ ਡਿਵੀਜ਼ਨ ਦੇ ਵਿੱਚ ਐਨਡੀਪੀਸੀ ਐਕਟ ਦਾ ਦਰਜ। ਨਸ਼ੇ ਦਾ ਵੀ ਆਦੀ ਹੈਗਾ ਜੀ। ਨਹੀਂ, ਜੇ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ ਉੱਥੋਂ ਉਹਨਾਂ ਨੇ ਕੱਢਤਾ ਸੀਗਾ, ਪਰ ਇਹਨੂੰ ਭੇਤ ਪਤਾ ਸੀ ਕਿ ਇਹ ਜਿਹੜਾ ਮਦਈ ਸੀਗਾ ਉਹਦੀ ਜਗ੍ਹਾ ਤੇ ਇਹੀ ਜਾਂਦਾ ਹੁੰਦਾ ਸੀਗਾ ਪਹਿਲਾਂ। ਸੋ ਇਹਨੂੰ ਪਤਾ ਸੀਗਾ ਕਿ ਇਹ ਦੁਕਾਨ ਕਲੈਕਸ਼ਨ ਕਰਕੇ 9 ਵਜੇ ਵਾਪਸ ਆਉਣਾ ਆ, ਜਿੱਦਾਂ ਹਰ ਦੁਕਾਨ ਦਾ ਇੱਕ ਸਿਸਟਮ ਹੁੰਦਾ, ਉਹਦੇ ਸਿਸਟਮ ਦੇ ਇਹਨੂੰ ਪਤਾ ਸੀਗਾ ਕਿ 9 ਵਜੇ ਇਹਨਾਂ ਨੇ ਕਲੈਕਸ਼ਨ ਕਰਨ ਜਾਣਾ, 9 ਵਜੇ ਕਲੈਕਸ਼ਨ ਕਰਕੇ ਵਾਪਸ ਆਉਣਾ। ਸੋ ਉਸ ਚੀਜ਼ ਦੇ ਇਹਨੂੰ ਨੌਲੇਜ ਸੀਗੀ।